ਤਾਂ ਬਹੁਤ ਵੱਡੀ ਚਰਚਾ ਹੋ ਰਹੀ ਹੈ। ਆਖਿਰਕਾਰ ਕੀ ਕੁਝ ਖਾਸ ਇਹਨਾਂ ਖਬਰਾਂ ਦੇ ਦਰਮਿਆਨ ਹੈ? ਕੰਗਨਾ ਰਣੌਤ ਦੇ ਥੱਪੜ ਵੱਜਿਆ, ਤੁਹਾਡੇ ਯਾਦ ਹੋਏਗਾ, ਜਿਸ ਤੋਂ ਬਾਅਦ ਕੰਗਨਾ ਥੱਪੜ ਮਸਲੇ ਤੇ ਸ਼ੇਰ ਸਿੰਘ ਕੁਲਵਿੰਦਰ ਕੌਰ ਦੇ ਭਰਾ ਨੇ ਕਿਹੜਾ ਵੱਡਾ ਬਿਆਨ ਦਿੱਤਾ, ਜਿਸ 'ਚ ਉਸਨੇ ਕਿਹਾ, ਜਸਟੀਫਾਈ ਕੀਤਾ ਥੱਪੜ ਕਾਂਡ ਨੂੰ। ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਮਾਰੇ ਜਾਣ ਦਾ ਕੋਈ ਅਫਸੋਸ ਨਹੀਂ ਹੈ। ਕੁਲਵਿੰਦਰ ਕੌਰ ਨੇ ਜਜ਼ਬਾਤੀ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ 'ਤੇ ਅਸੀਂ ਮੁਆਫ਼ੀ ਨਹੀਂ ਮੰਗਾਂਗੇ। ਸ਼ੇਰ ਸਿੰਘ ਕੁਲਵਿੰਦਰ ਕੌਰ ਦਾ ਭਰਾ ਹੈ, ਜਿਸਨੇ ਬਿਆਨ ਦਿੱਤਾ ਹੈ। ਕੁਲਵਿੰਦਰ ਕੌਰ ਦੇ ਵਿਚਾਲੇ ਜੋ ਥੱਪੜ ਕਾਂਡ ਵਾਪਰਿਆ ਸੀ, ਉਸਦੇ ਵਿਚਕਾਰ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਅਤੇ ਕੁਲਵਿੰਦਰ ਕੌਰ ਦੇ ਭਰਾ, ਉਹਨਾਂ ਦੇ ਵੱਲੋਂ ਕੁਝ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਅੱਜ ਸਾਂਝੀ ਕੀਤੀ ਜਾ ਰਹੀ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਸ ਵਕਤ ਮੇਰੇ ਨਾਲ ਮੌਜੂਦ ਨੇ ਸ਼ੇਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਜ਼ੀ ਮੀਡੀਆ ਤੇ ਤੁਹਾਡਾ ਸਵਾਗਤ ਹੈ, ਔਰ ਕੀ ਨਵੀਂ ਅਪਡੇਟ ਹੈ ਇਸ ਵਕਤ ਇਸ ਮਾਮਲੇ ਨੂੰ ਲੈ ਕੇ? ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ। ਦੂਸਰਾ ਇਹ ਆ ਵੀ ਮੇਰੀ ਭੈਣ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਮੁਲਾਕਾਤ ਹੋਈ ਸੀਗੀ। ਉਹਨਾਂ ਨੂੰ ਮੈਂ ਪੁੱਛਿਆ ਵੀ ਕੀ ਗੱਲਬਾਤ ਜਿਹੜੀ ਉਹ ਬਣੀ ਆ। ਉਹਨਾਂ ਦੱਸਿਆ ਵੀ ਜੋ ਕੰਗਣਾ ਰਣੌਤ ਜੀ ਆ, ਜੋ ਸਾਡੀਆਂ ਬੀਬੀਆਂ ਭੈਣਾਂ ਲਈ ਜਿਹੜੀਆਂ ਟਕੇ ਟਕੇ ਤੇ ਵਿਕ ਰਹੀਆਂ ਵਾ, ਜਾਂ ਉਹਨਾਂ ਨੇ ਸ਼ਬਦ ਬੋਲੇ ਕਿ 100-100 ਰੁਪਈਏ ਦਿਹਾੜੀ ਤੇ ਆਉਂਦੀਆਂ ਵਾ, ਉਹਨਾਂ ਭਾਵਨਾ ਦੇ ਵਿੱਚੋਂ ਉਹਨੇ ਜਿਹੜਾ ਵਾ ਉਹਦੇ ਥੱਪੜ ਮਾਰਿਆ, ਇਹ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ। ਬਾਕੀ ਉਹ ਕਹਿੰਦੇ ਵੀ ਸਾਨੂੰ ਇਹਦੇ ਤੇ ਕੋਈ ਅਫਸੋਸ ਨਹੀਂ ਗਾ, ਨਾ ਅਸੀਂ ਕਦੇ ਮਾਫ਼ੀ ਮੰਗਾਂਗੇ ਨਾ ਮੰਗਣੀ ਆ, ਕਿਉਂਕਿ ਜੇ ਕੰਗਣਾ ਰਣੌਤ ਜੀ ਸਾਡੀਆਂ ਬੀਬੀਆਂ ਭੈਣਾਂ ਲਈ ਇਹ ਸ਼ਬਦ ਵਰਤਦੀ ਆ, ਔਰ ਪੰਜਾਬ ਤੇ ਪੰਜਾਬੀਅਤ ਲਈ ਜਿਹੜਾ ਜ਼ਹਿਰ ਉਗਲਦੀ ਆ, ਤੇ ਜੇ ਉਹ ਇੱਥੇ ਮਾਫ਼ੀ ਨਹੀਂ ਮੰਗਦੀ, ਉਹਨਾਂ ਨੇ ਦੋ ਸ਼ਬਦ ਨਹੀਂ ਬੋਲੇ, ਚਾਹੇ ਅੱਜ ਤੱਕ ਉਹਨਾਂ ਦਾ ਕੋਈ ਰਿਟਰਨ 'ਚ ਨਹੀਂ ਆਇਆ, ਜਾਂ ਉਹਨਾਂ ਦਾ ਕੋਈ ਟਵਿੱਟਰ 'ਤੇ ਨਹੀਂ ਆਇਆ, ਵੀ ਜੋ ਮੈਂ ਅੰਦੋਲਨ ਦੇ ਵਿੱਚ ਪੰਜਾਬ ਹਰਿਆਣਾ, ਕਿਉਂਕਿ ਪੂਰੇ ਦੇਸ਼ ਦੇ ਲੋਕ ਉੱਥੇ ਆਏ ਸੀ, ਪੂਰੇ ਦੇਸ਼ ਦੀਆਂ ਧੀਆਂ ਭੈਣਾਂ ਉੱਥੇ ਆਈਆਂ ਸੀ, ਸਾਰਿਆਂ ਵਾਸਤੇ ਉਹਨਾਂ ਨੇ ਇਹ ਜੇ ਸ਼ਬਦ ਬੋਲਿਆ ਵਾ। ਜੇ ਉਹਨਾਂ ਨੇ ਬੋਲਿਆ ਤਾਂ ਉਹਨਾਂ ਨੇ ਮਾਫ਼ੀ ਨਹੀਂ ਮੰਗੀ, ਤੇ ਜੇ ਉਹਨਾਂ ਨੇ ਅੱਜ ਤੱਕ ਮਾਫ਼ੀ ਨਹੀਂ ਮੰਗੀ, ਸਾਡੀਆਂ ਧੀਆਂ ਭੈਣਾਂ ਲਈ ਜ਼ਹਿਰ ਉਗਲਿਆ ਵਾ, ਤੇ ਸਾਡੇ ਤੋਂ ਵੀ ਕੋਈ ਜਿਹੜੀ ਆ ਉਹ ਮਾਫ਼ੀ ਦੀ ਆਸ ਨਾ ਰੱਖੀ ਜਾਵੇ, ਨਾ ਅਸੀਂ ਮਾਫ਼ੀ ਮੰਗਣੀ ਆ, ਕਿ ਸਾਰਾ ਭਾਵਨਾਵਾਂ ਦੇ ਵਹਿਣ ਦੇ ਵਿੱਚੋਂ ਜਿਹੜਾ ਵਾ ਇਹ ਹੋਇਆ ਵਾ, ਉਹ 'ਚੋਂ ਥੱਪੜ ਵੱਜਾ। ਜਦੋਂ ਕਿਤੇ ਨਾ ਕਿਤੇ ਮੱਥਾ ਸਰਕਾਰਾਂ ਦੇ ਨਾਲ ਲਾਇਆ ਜਾਂਦਾ, ਜਾਂ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਸਰਕਾਰ ਦੇ ਨੁਮਾਇੰਦੇ ਜਿਹੜੇ ਹੁੰਦੇ ਨੇ ਜਾਂ ਉਸ ਚੀਜ਼ ਦਾ ਪਾਰਟ ਹੁੰਦੇ ਨੇ, ਕਿਤੇ ਨਾ ਕਿਤੇ ਜਦੋਂ ਮੱਥਾ ਉਹਨਾਂ ਦੇ ਨਾਲ ਲੱਗਦਾ ਤਾਂ ਸਿਆਸੀ ਦਬਾਅ ਵੀ ਜਿਹੜਾ ਉਹ ਕਿਤੇ ਨਾ ਕਿਤੇ ਮਹਿਸੂਸ ਕੀਤਾ ਜਾਂਦਾ। ਤੁਹਾਨੂੰ ਤਾਂ ਨਹੀਂ ਲੱਗਦਾ ਕਿ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਜਿਹੜਾ ਬਣਾਇਆ ਜਾ ਰਿਹਾ, ਜਾਂ ਤੁਹਾਡੇ ਪਰਿਵਾਰ ਤੇ ਬਣਾਇਆ ਜਾ ਰਿਹਾ, ਜਾਂ ਤੁਹਾਡੀ ਭੈਣ ਕੁਲਵਿੰਦਰ ਕੌਰ ਤੇ ਬਣਾਇਆ ਜਾ ਰਿਹਾ? ਦੇਖੋ ਜੀ, ਮੈਂ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਬਹੁਤ ਵੱਡੀ ਸੰਸਥਾ ਵਾ, ਉਹਦਾ ਮੈਂਬਰ ਆ, ਜ਼ਿਲ੍ਹੇ ਕਪੂਰਥਲੇ ਦਾ ਆਗੂ ਆ, ਔਰ ਸਾਡੇ ਦੋਵੇਂ ਫੋਰਮ ਜਿਹੜੇ ਆ, ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਜਿਹੜਾ ਮੋਰਚਾ ਵਾ, ਜਿਹੜੇ ਸ਼ੰਭੂ ਕਨੌਰੀ ਗਾਜੀਪੁਰ ਤੇ ਲੜਾਈ ਲੜ ਰਹੇ ਆ, ਮੈਂ ਉਹਨਾਂ ਦਾ ਮੈਂਬਰ ਆ। ਮੇਰੇ ਤੇ ਕੋਈ ਸਿਆਸੀ ਦਬਾਅ ਨਹੀਂ ਗਾ, ਤੇ ਨਾ ਹੀ ਕਦੇ ਪੈ ਸਕਦਾ ਵਾ, ਤੇ ਨਾ ਅਸੀਂ ਕਦੀ ਸਿਆਸੀ ਦਬਾਅ ਦੇ ਥੱਲੇ ਰਹੇ ਆ। ਕੈਮਰਾ ਪਰਸਨ ਅਜਾਦ ਸਿੰਘ ਦੇ ਨਾਲ ਚੰਦਰ ਮੜੀਆ, ਜ਼ੀ ਮੀਡੀਆ, ਕਪੂਰਥਲਾ।